ਬਈ ਮੇਰਾ ਵੀ ਪੜਿਆ ਦੇ ਕਿਤੇ ਟਾਂਕਾ। ਕੀ ਮਤਲਬ ਹੈ ਤੇਰਾ? ਓਏ, ਉਹ ਸਾਰੇ ਪਿੰਡ ਦਾ ਘਰ ਵਸਾ ਦਾ, ਤੂੰ ਮੇਰਾ ਵੀ ਵਸਾ ਦੇ ਘਰ, ਵਿਆਹ ਕਰਾ ਦੇ ਮੇਰਾ ਕਿਤੇ। ਓਏ, ਜਿਹੜੇ ਹਿਸਾਬ ਨਾਲ ਤੇਰੇ ਲੱਛਣ ਨੇ ਨਾ, ਉਹ ਤੇਰੇ ਤਾਂ ਮਾਂ ਪਿਓ ਵੀ ਤੇਰੀ ਦਾਰੂ ਦੇ ਹਿਜਰ ਚ ਵਗੇ, ਭਾਲਦਾ ਝੋਟੇ ਘਰ ਲੱਸੀਆਂ। ਉਹ ਤੇਰਾ ਨੀ ਰਿਸ਼ਤਾ ਹੁੰਦਾ, ਰਾਮ ਰਾਮ ਕਰ, ਬਣਿਆ ਬਹੂ ਦਾ। ਬਈ ਆਪਣੇ ਕੋਲੇ ਕੀ ਨੀ, ਜ਼ਮੀਨ ਜਾਇਦਾਦ ਪੈਸਾ ਤੇ ਆ ਕੜਾ, ਦੇਖਦਾ ਜੇ ਮੇਰਾ ਵਿਆਹ ਕਰਾਏਗਾ ਨਾ, ਆ ਤੇਰਾ ਹੋਜੂ 5 ਤੋਲੇ ਦਾ 5 ਤੋਲੇ ਦਾ। ਓਏ, ਕੌਣ ਕਹਿੰਦਾ ਤੇਰਾ ਰਿਸ਼ਤਾ ਨੀ ਹੁੰਦਾ? ਓਏ, ਤੈਨੂੰ ਤਾਂ ਭੱਜ ਕੇ ਰਿਸ਼ਤਾ ਹੋਊ, ਭੱਜ ਕੇ। ਬਣੀ ਨਾ ਗੱਲ, ਬਸ ਕਰਦਾ ਤੇਰਾ ਹੀਲਾ ਕੋਈ। ਲੈ ਆ ਚੱਕ ਇੱਕ ਹੋਰ ਤੋਹਫਾ, 1.5 ਲੱਖ ਦੀ ਆ, 1.5 ਲੱਖ ਦੀ, ਤੂੰ ਮੇਰਾ ਘਰ ਵਸਾ। ਬਾਈ ਮੇਰੀ ਸੁਣ ਲਾ ਗੱਲ, ਇਹ ਤੂੰ ਲੈਦਾ, 40,000 ਰੁਪਇਆ ਹੋਰ ਲਊ। ਓਏ, ਤੂੰ ਲੈ ਲਈ ਜਿਹੜਾ 40,000 ਲਏਗਾ, ਉਹ ਸਮਝ ਲੈ ਤੇਰੇ ਤਾਂ ਨਿਆਣੇ ਵੀ ਹੋ ਗਏ, ਤੂੰ ਵਿਆਹ ਕਹਿਣਾ। ਠੀਕ ਹੈ ਬਾਈ। ਆ ਗਿਆ ਬੇਲੜਾ। ਹਾਂ ਬਾਪੂ, ਆ ਗਿਆ। ਓਏ, ਜਿੰਨਾ ਟਾਈਮ ਤੂੰ ਬਾਹਰੇ ਫਿਰਦਾ, ਕਿਤੇ ਕੰਮ ਕਾਰ ਤੇ ਲੱਗ ਜਾ, ਉਹ ਨਾਲੇ ਤਾਂ 4 ਪੈਸੇ ਆਉਣਗੇ ਘਰੇ, ਉਹ ਨਾਲੇ ਲੋਕਾਂ ਦੀਆਂ ਗਾਲਾਂ ਤੋਂ ਬਚਿਆ ਰਹੇਗਾ। ਬਾਪੂ ਹਲੇ ਕਿੱਥੇ, ਹਲੇ ਤਾਂ ਮੇਰੀ ਉਮਰ ਖੇਡਣ ਕੁੱਦਣ ਦੀ ਆ। ਆਹੋ, ਖੇਡਣ ਕੁੱਦਣ ਦੀ ਹੈ, ਉਹ ਤੇਰੀ ਉਮਰ 'ਚ ਤਾਂ ਮੈਂ ਸਾਰਾ ਘਰ ਸਾਂਭ ਲਿਆ ਸੀ, ਇੱਕ ਤੂੰ ਹੈ ਜਿਹੜਾ ਸਾਰਾ ਦਿਨ ਵਿਹਲਾ ਫਿਰੀ ਜਾਂਦਾ। ਬਾਪੂ ਜੀ ਚਾਹ ਪੀਓ, ਨਾਲੇ ਰੋਜ਼ ਰੋਜ਼ ਨਾ ਝਿੜਕਿਆ ਕਰੋ ਵੀਰੇ ਨੂੰ, ਆਪੇ ਲੱਗ ਜੂਗਾ ਕੰਮ। ਲੈ ਵੀਰੇ ਚਾਹ ਪੀ ਤੂੰ। ਆ ਦੇਖ ਲਾ ਕੁੜੀ ਵੱਲ, ਜੇ ਤੇਰੀ ਉਮਰ ਖੇਡਣ ਦੀ ਹੈ, ਉਹਦੀ ਵਿਆਹ ਵਾਲੀ ਉਮਰ ਹੋ ਗਈ, ਉਹ ਨਾਲੇ ਪੁੱਤ ਕੰਮ ਤਾਂ ਕਰਨਾ ਹੀ ਪਊਗਾ, ਹੁਣ ਕਿੰਨਾ ਚਿਰ ਵਿਹਲਾ ਫਿਰੀ ਜਾਏਗਾ। ਚੱਲ ਠੀਕ ਹੈ ਬਾਪੂ ਜੀ, ਲੱਗ ਜੂਗਾ ਕੱਲ੍ਹ ਨੂੰ ਕੰਮ ਧੰਦੇ। ਚੱਲ, ਪਹਿਲਾਂ ਤਾਂ ਤੂੰ ਪੜ੍ਹਦਾ ਹੁੰਦਾ ਸੀ, ਇਹ ਹੁਣ ਲੋਕ ਕੀ ਕਹਿਣਗੇ, ਸਾਰਾ ਦਿਨ ਚੌਂਕ 'ਚ ਖੜਿਆ ਰਹਿੰਦਾ। ਚਾਚਾ, ਓ ਚਾਚਾ, ਕਰੀਏ। ਓਏ ਆ ਜਾ, ਆ ਜਾ ਅੰਦਰ, ਆ ਜਾ, ਬਾਰੀ ਖੜਿਆ, ਬਾਜਾ ਮਾਰੀ ਜਾਏਗਾ, ਲੰਘ ਗਿਆ ਅੰਦਰ। ਚਾਚਾ ਮੈਂ ਆ ਬਿੱਲਾ। ਓਏ ਆ ਜਾ, ਆ ਜਾ, ਅੱਜ ਕਿਵੇਂ ਸਾਡਾ ਘਰ ਦੇਖਿਆ ਤੈਨੂੰ? ਓ ਚਾਚਾ, ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ। ਓਏ ਇਹੋ ਜੀ ਕਿਹੜੀ ਗੱਲ ਕਰਨੀ ਆ ਤੈਂ? ਆ ਜਾ, ਤੈਨੂੰ ਦੱਸਦਾ, ਮੈਂ ਉੱਥੇ ਬੈਠ ਕੇ ਗੱਲ ਕਰਦੇ ਹਾਂ। ਚੱਲ ਚਾਚਾ, ਮੈਂ ਤਾਂ ਰਿਸ਼ਤੇ ਦੀ ਗੱਲ ਕਰਨ ਆਇਆ ਸੀ ਤੇਰੇ ਨਾਲ। ਰਿਸ਼ਤਾ? ਓਏ ਮੁੰਡਾ ਤਾਂ ਹਲੇ ਆਪਣਾ ਨਿਆਣਾ। ਓ ਚਾਚਾ, ਮੈਂ ਮੁੰਡੇ ਦੀ ਗੱਲ ਨਹੀਂ ਕਰਦਾ, ਮੈਂ ਰਾਣੂ ਦੇ ਰਿਸ਼ਤੇ ਦੀ ਗੱਲ ਕਰਦਾ। ਜੀ ਆਇਆਂ ਨੂੰ ਭਤੀਜ ਤੇਰਾ, ਤੂੰ ਮੇਰੇ ਬਾਰੇ ਇੰਨਾ ਸੋਚਿਆ, ਪਰ ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਮੈਂ ਕੁੜੀ ਨੂੰ ਕੀ ਦੇ ਕੇ ਤੋਰੂੰਗਾ? ਦੇਖ ਚਾਚਾ, ਪੈਸੇ ਦੀ ਟੈਨਸ਼ਨ ਨਾ ਲੈ, ਉਹ ਮੁੰਡੇ ਨੂੰ 10-12 ਕਿੱਲੇ ਜ਼ਮੀਨ ਦੇ ਆਉਂਦੇ ਨੇ, ਸੋਹਣਾ ਸੁਨੱਖਾ ਹੈ ਮੁੰਡਾ, ਮਾਂ ਬਾਪ ਨਹੀਂ ਹੈਗੇ ਉਹਦੇ, ਉਹ ਕੁੜੀ ਰਾਜ ਕਰੂਗੀ, ਰਾਜ ਉੱਥੇ। ਨਾਲ ਇੱਕ ਗੱਲ ਹੋਰ ਹੈ,
ਆਪਾਂ ਕਿਹੜਾ ਵਿਆਹ 'ਤੇ ਪੈਸੇ ਲਾਉਣੇ ਨੇ, ਆਪਾਂ ਤਾਂ ਚੁੰਨੀ ਚੜਾਵਾ ਕਰਕੇ ਤੋਰਨੀ ਹੈ। ਦੇਖ ਪੁੱਤ, ਗੱਲ ਤਾਂ ਤੇਰੀ ਠੀਕ ਹੈ, ਪਰ ਮਾਂ ਪਿਓ ਤਾਂ ਹੁਣੇ ਚਾਹੀਦੇ ਨੇ ਨਾ ਪਰਿਵਾਰ 'ਚ। ਚਾਚਾ ਮੇਰੀ ਗੱਲ ਸੁਣ, ਉਹ ਮੁੰਡਾ ਕੋਈ ਨਸ਼ਾ ਪੱਤਾ ਵੀ ਨਹੀਂ ਕਰਦਾ, ਵਧੀਆ ਜ਼ਮੀਨ ਹੈ, ਸੋਹਣਾ ਸੁਨੱਖ ਹੈ, ਉਹ ਹੋਰ ਚਾਹੀਦਾ ਕੀ ਹੈ। ਠੀਕ ਹੈ ਭਤੀਜ, ਜਵਾਕਾਂ ਨਾਲ ਨਾ ਸਲਾਹ ਕਰਕੇ ਦੱਸਦਾ ਤੈਨੂੰ ਮੈਂ। ਚੱਲ ਠੀਕ ਹੈ ਚਾਚਾ, ਕਰ ਲਿਓ ਸਲਾਹ, ਪਰ ਮੇਰੀ ਗੱਲ ਯਾਦ ਰੱਖੀ, ਇਹੋ ਜਿਹੇ ਰਿਸ਼ਤੇ ਰੋਜ਼ ਨਹੀਂ ਮਿਲਦੇ ਹੁੰਦੇ। ਚੰਗਾ ਚਾਚਾ, ਮਿਲਦਾ। ਚੰਗਾ ਚੰਗਾ। ਆ ਗਿਆ ਤੂੰ ਕੋਲੇ ਕੱਛ ਕੇ? ਹਾਂ ਬਾਪੂ ਆ ਗਿਆ। ਰਾਣੋ ਪੁੱਤ ਉਰੇ ਆਈ, ਗੱਲ ਸੁਣੀ ਮੇਰੀ? ਆਉਣੀ ਹੈ ਬਾਪੂ ਜੀ। ਉਰੇ ਬੈਠ। ਬਿੱਲਾ ਆਇਆ ਸੀ, ਤੇਰੇ ਰਿਸ਼ਤੇ ਦੀ ਗੱਲ ਕਰਦਾ ਸੀ, 10-12 ਕਿੱਲੇ ਜ਼ਮੀਨ ਦੇ ਆਉਂਦੇ ਨੇ ਮੁੰਡੇ ਨੂੰ, ਪਰ ਮੁੰਡੇ ਦੇ ਮਾਂ ਪਿਓ ਨਹੀਂ ਹੈਗੇ। ਨਹੀਂ ਬਾਪੂ ਜੀ, ਮੈਂ ਨਹੀਂ ਕਰਾਉਣਾ ਪਿਆ, ਜੇ ਮੈਂ ਚਲੀ ਗਈ ਫਿਰ ਘਰ ਦੇ ਕੰਮ ਕੌਣ ਕਰਾਊ? ਕੁਛ ਨਹੀਂ ਹੁੰਦਾ, ਘਰ ਦਾ ਤਾਂ ਸਰ ਜੂਗਾ, ਵਧੀਆ ਰਿਸ਼ਤਾ, ਤੇਰਾ ਵਿਆਹ ਕਰ ਦਿੰਦੇ ਹਾਂ। ਬਾਪੂ ਨਾਲੇ ਆਪਾਂ ਵਿਆਹ ਵਾਸਤੇ ਪੈਸੇ ਕਿੱਥੋਂ ਲਿਆਵਾਂਗੇ, ਆਪਣੇ ਸਿਰ ਤਾਂ ਪਹਿਲੀ ਬਹੁਤ ਕਰਜ਼ਾ। ਦੇਖ ਪੁੱਤ, ਵਿਚੋਲੇ ਨੇ ਕਿਹਾ ਸੀ ਕੋਈ ਦਾਜ ਦੇਣ ਦੀ ਨਹੀਂ ਲੋੜ, ਕੋਈ ਖਰਚਾ ਕਰਨ ਦੀ ਨਹੀਂ ਲੋੜ। ਦੇਖੋ ਮੈਨੂੰ ਤਾਂ ਰਿਸ਼ਤਾ ਹੁਣ ਵਧੀਆ ਲੱਗਿਆ, ਬਾਕੀ ਤੁਸੀਂ ਸੋਚ ਲਓ। ਉਹ ਨਾਲੇ ਬਿੱਲੇ ਨੇ ਕਿਹਾ ਕੋਈ ਸੋਚ ਸਮਝ ਕੇ ਕਿਹਾ ਹੋਊਗਾ, ਆਪਾਂ ਨੂੰ ਜਾਣਦਾ ਤਾਂ ਹੈਗਾ ਚੰਗੀ ਤਰ੍ਹਾਂ ਉਹ। ਪਰ ਬਾਪੂ ਜੀ ਤੁਹਾਡਾ ਖਿਆਲ ਕੌਣ ਰੱਖੂ? ਇੰਨਾ ਨਾ ਸੋਚ ਧੀਏ, ਵਿੱਕੀ ਹੈਗਾ ਤਾਂ ਹੈਗਾ ਮੇਰੀ ਦੇਖ ਰੇਖ ਕਰਨ ਨੂੰ, ਨਾਲੇ ਇਹਦਾ ਵੀ 3-4 ਸਾਲਾਂ ਤੱਕ ਵਿਆਹ ਕਰ ਦਾਂਗੇ ਆਪਾਂ। ਠੀਕ ਹੈ ਬਾਪੂ ਜੀ, ਜਿਵੇਂ ਤੁਹਾਡੀ ਮਰਜ਼ੀ। ਲੈ ਵੀ ਮੁੰਡਿਆ, ਘਰ ਕੁੜੀ ਦੇ ਵਿਆਹ ਦੀ ਤਿਆਰੀ। ਚੰਗਾ ਬਾਪੂ। ਚੱਲ ਧੀਏ ਤੂੰ ਵੀ ਕਰ ਲੈ ਕੋਈ ਕੰਮ ਕਰ ਘਰ ਦਾ। ਚੰਗਾ ਬਾਪੂ। ਲਓ ਜੀ ਚਾਹ ਪੀ ਲਓ। ਰਾਤ ਤੁਸੀਂ ਕਹਿੰਦੇ ਸੀ ਸਵੇਰੇ ਛੇਤੀ ਜਾਣਾ, ਉੱਠ ਜਾਓ। ਆਹੋ ਜਾਣਾ। ਪਰ ਜਾਣਾ ਕਿੱਥੇ, ਕੰਮ ਕੀ ਹੈ ਤੁਹਾਨੂੰ? ਤੂੰ ਦੱਸ ਕੀ ਲੈਣਾ ਮੇਰੇ ਕੰਮ ਤੋਂ, ਜਿੱਥੇ ਮਰਜ਼ੀ ਜਾਵਾਂ ਜਦੋਂ ਮਰਜ਼ੀ ਆਵਾਂ। ਚਲੋ ਨਾ ਦੱਸੋ, ਟਾਈਮ ਨਾਲ ਘਰੇ ਆ ਜਾਓ। ਚੱਲ ਤੂੰ ਜਾ ਯਾਰ ਇੱਥੋਂ, ਮੇਰੇ ਕੱਪੜੇ ਪ੍ਰੈਸ ਕਰ ਦੇ, ਬਹੁਤੀਆਂ ਗੱਲਾਂ ਜੀ ਨਾ ਮਾਰ। ਚੰਗਾ। ਰਾਣੋ ਇੱਥੇ ਆ। ਹਾਂਜੀ। ਮੇਰੀ ਗੱਲ ਸੁਣ, ਮੈਂ 2-3 ਵਜੇ ਆਊਂਗਾ, ਰੋਟੀ ਬਣਾ ਕੇ ਰੱਖੀ, ਕਿਤੇ ਸੌਂ ਜੇ। ਠੀਕ ਹੈ ਜੀ, ਜਦੋਂ ਤੁਸੀਂ ਆਓਗੇ ਮੈਂ ਉਦੋਂ ਹੀ ਰੋਟੀ ਬਣਾ ਦੂੰਗੀ, ਨਹੀਂ ਤਾਂ ਠੰਡੀ ਹੋ ਜਾਊਗੀ। ਤੂੰ ਨਾ ਮੈਨੂੰ ਜ਼ਿਆਦਾ ਮੱਤਾਂ ਜੀਆਂ ਨਾ ਦੇ, ਜਿਵੇਂ ਕਿਹਾ ਬਸ ਉਵੇਂ ਹੀ ਕਰਿਆ ਕਰੋ। ਹੁਣ ਇੱਥੇ ਖੜੀ ਕੀ ਕਰਦੀ ਹੈ, ਜਾਂ ਚਾਬੀ ਲਿਆ ਕੇ ਦੇ ਬਾਈਕ ਦੀ। ਲਿਆਉਣੀ ਆ ਜੀ।
ਕੀ ਹਾਲ ਹੈ ਤੇਰਾ, ਆ ਗਿਆ ਤੂੰ? ਵਧੀਆ ਵਿਚੋਲਿਆ, ਤੂੰ ਦੱਸ। ਉਹ ਕਿਵੇਂ ਚੱਲਦੀ ਹੈ ਤੇਰੀ ਵਿਆਹਤਾ ਜ਼ਿੰਦਗੀ ਫਿਰ? ਉਹ ਬਸ ਬਾਈ ਵਧੀਆ ਚੱਲੀ ਜਾਂਦੀ ਹੈ। ਬੜੇ ਚਿਰਾਂ ਬਾਅਦ ਗੇੜਾ ਮਾਰਿਆ। ਉਹ ਯਾਰ ਰਾਤ ਆ ਗਿਆ ਹੁਣ ਤੇਰੇ, ਤੂੰ ਬੋਤਲ ਕੱਢ ਯਾਰ, ਦੋ ਦੋ ਪੈਗ ਬਣਾਈਏ। ਓਏ ਹੁਣੇ ਲਵਾ ਦਿੰਦੇ ਆ ਪੈਗ ਤੈਨੂੰ। ਉਹ ਬਾਈ ਚੱਕ ਪੈਗ ਤੂੰ। ਉਹ ਚੱਕ ਲੈ ਮਾਰ ਫਿਰ ਅੱਖਾਂ ਜੀਆਂ ਮੀਚ ਕੇ ਫਿਰ। ਚੀਅਰਸ ਵੀਰੇ। ਸਵਾਦ ਆ ਗਿਆ ਬਾਈ, ਸਵਾਦ। ਬਾਈ ਦਾਰੂ ਬੜੀ ਤੇਜ਼ ਹੈ, ਇੱਥੇ ਸੱਟ ਮਾਰੀ ਮੇਰੇ ਤਾਂ ਇੱਥੇ। ਓਏ ਦਾਰੂ ਨੀ, ਅੱਗ ਹੈ ਅੱਗ, ਘਰ ਦੀ ਪਾਈ ਹੋਈ ਹੈ ਇਹ 'ਚ, ਪਰਸੋਂ ਕੱਢੀ ਤੀ, ਪਹਿਲੇ ਤੋੜਦੀ ਹੈ। ਪਤਾ ਨੀ ਕਿੱਥੇ ਰਹਿ ਗਏ, ਕਹਿੰਦੇ ਸੀ 2-3 ਵਜੇ ਆਉਣਾ, ਸ਼ਾਮ ਦੇ 7 ਵੱਜ ਗਏ ਨੇ। ਚੱਲ ਫੋਨ ਕਰਕੇ ਪੁੱਛਦੀ ਹਾਂ। ਬਾਈ ਮੇਰਾ ਤਾਂ ਜੀ ਕਰੀ ਜਾਂਦਾ ਬੋਤਲ ਨੂੰ ਇਹ ਮੂੰਹ ਲਾ ਲਾ। ਓਏ ਲਾ ਲੈ ਫਿਰ, ਕਿਸੇ ਦਾ ਦੇਣਾ ਕੁਛ ਆਪਾਂ ਨੇ। ਚੱਕ ਤੂੰ, ਮੈਂ ਪਾਉਣਾ ਇੱਕ ਪੈਗ ਹੋਰ ਤੈਨੂੰ। ਓ ਬਾਈ ਆ ਤੇਰਾ ਫੋਨ ਜਾ ਕੰਬੀ ਜਾਂਦਾ, ਦੇਖੀ ਕਿਹਦਾ ਆਉਂਦਾ। ਓਏ ਘਰ ਵਾਲੀ ਦਾ ਹੋਣਾ। ਓ ਬਾਈ ਦੇਖ ਤਾਂ ਲੈ ਕਿਹਦਾ ਆਉਂਦਾ। ਓ ਤੇਰੀ ਭਰਜਾਈ ਦਾ ਹੋਣਾ। ਓ ਚੱਕ ਲੈ ਫਿਰ। ਨਾ ਬਾਈ ਫੇਰ ਦੇਖਾਂਗੇ। ਓਏ ਕੱਟ ਕਾਹਤੋਂ ਦਿੱਤਾ, ਤੂੰ ਪੈਗ ਬਣਾ ਯਾਰ ਇੱਕ ਹੋਰ। ਲੈ ਚੱਕ ਪੈ। ਓਏ ਆ ਤੇਰਾ ਫੇਰ ਆ ਗਿਆ ਫੋਨ। ਓ ਚੱਕ ਲੈ ਗਾ ਪਰ, ਸਾਰੇ ਪੈਗ ਦਾ ਸਵਾਦ ਖਰਾਬ ਕਰੀ ਜਾਂਦਾ। ਹੈਲੋ। ਹੈਲੋ ਜੀ, ਕਿੱਥੇ ਹੋ, ਹਜੇ ਤੱਕ ਨਹੀਂ ਆਏ ਤੁਸੀਂ? ਕਿਉਂ ਵਾਰ ਵਾਰ ਫੋਨ ਕਰੀ ਜਾਂਦੀ ਹੈ? ਤੈਨੂੰ ਪਤਾ ਹੋਣਾ ਚਾਹੀਦਾ ਵੀ ਬੰਦਾ ਕਿਤੇ ਬੈਠਿਆ ਹੁੰਦਾ। ਪਰ ਤੁਸੀਂ ਤਾਂ ਕਿਹਾ ਸੀ ਮੈਂ 2 ਵਜੇ ਆ ਜਾਣਾ, ਸ਼ਾਮ ਦੇ 7 ਵੱਜ ਗਏ। ਮੈਂ ਤਾਂ ਰੋਟੀ ਬਣਾ ਕੇ ਰੱਖੀ ਸੀ, ਉਹ ਵੀ ਬਾਸੀ ਹੋ ਗਈ। ਕੋਈ ਨੀ, ਘਰੇ ਕਿਹੜਾ ਆਟਾ ਮੁੱਕ ਚੱਲਿਆ, ਦੁਬਾਰੇ ਫੇਰ ਪੱਕ ਜੂਗੀ ਰੋਟੀ। ਕੱਟ ਫੋਨ। ਪਤਾ ਨੀ ਕੀ ਹੋ ਗਿਆ, ਪਹਿਲਾਂ ਤਾਂ ਠੀਕ ਸੀ, ਇਹਨਾਂ ਦੀ ਆਵਾਜ਼ ਤਾਂ ਲੱਗਦਾ ਕਿ ਨਸ਼ਾ ਕੀਤਾ ਹੋਇਆ। ਉਹਨੂੰ ਹੁਣ ਬਣਾ ਦੂ ਮੈਂ ਤੀਵੀਂ। ਚੱਲ ਬਾਈ, ਚੱਲ ਚੱਕ ਬਾਈ ਪੈਗ ਚੱਕ, ਤੂੰ ਤੇਰਾ ਪੈਗ ਪਾਇਆ ਪਿਆ। ਚੇਅਰਸ ਚੇਅਰਸ। ਬਸ ਬਾਈ ਆਖਰੀ ਪੈਗ ਆਪਾਂ ਸੈੱਟ। ਢੋਲੇ ਦੀਆਂ ਲਾਵਾਂਗੇ ਬਾਈ, ਢੋਲੇ ਦੀਆਂ। ਠੀਕ ਹੈ ਬਾਈ।
ਮੇਰੇ ਸਾਹਿਬ ਬਰਗਲ ਬਰਗਲ ਕੀ ਹੋ ਗਿਆ ਜੀ ਤੁਹਾਨੂੰ? ਉਹ ਨਾ ਤੇਰਾ ਦਿਮਾਗ ਠੀਕ ਹੈ, 10 ਮਿੰਟ ਹੋ ਗਏ ਬਾਹਰ ਖੜੇ ਨੂੰ, ਹੈ ਕੁੰਡਾ ਤੇਰਾ ਪਿਓ ਗੁੱਲੂ ਜੀ, ਮੇਰੀ ਅੱਖ ਲੱਗ ਗਈ ਸੀ, ਪਤਾ ਨਹੀਂ ਲੱਗਾ। ਉਹ ਲੱਗ ਗਈ ਤੇਰੀ ਅੱਖ। ਕਹਿ ਰੋਟੀ ਲੈ ਬਣਾ ਕੇ ਨਾ ਇਹ ਕੁੱਤੇ ਨੇ ਖਾਣੀ ਆ, ਠੰਡੀ ਪਈ ਆ ਇਹ। ਮੈਂ ਲਿਆ ਮੈਨੂੰ ਗਰਮ ਕਰਕੇ। ਆਜੋ ਜੀ ਰੋਟੀ। ਐਨੀ ਗਰਮ ਰੋਟੀ ਆ, ਦੋ ਚੰਗਾ ਤਾਂ ਮੈਂ ਛੱਡ ਠੀਕ ਸੀ। ਇੱਥੇ ਦਿਮਾਗ ਖਰਾਬ ਕਰਿਆ ਹੁਣ ਆਇਆ ਸੁੱਖ ਦਾ ਸਾਂ, ਕਰਤੀ ਬਾਹਰ ਲਾਉਂਦੇ ਆ ਵਿਚੋਲੇ ਨੂੰ ਫੋਨ, ਕਰੀਏ ਪੈਗ ਸ਼ੈਗ ਦਾ ਇੰਤਜ਼ਾਮ। ਉਹ ਯਾਰ ਕਿੱਥੋਂ ਇਹਦਾ ਫੋਨ ਆ ਗਿਆ? ਹੈਲੋ। ਹਾਂ ਵੀ ਵਿਚੋਲਿਆ, ਘਰ ਵਾਲੀ ਘਰੋਂ ਕਰਤੀ, ਸ਼ਾਮ ਨੂੰ ਜਸ਼ਨ ਮਨਾਉਂਦੇ ਆ, ਪੈਗ ਸ਼ੈਗ ਲਾਉਂਦੇ ਆ ਪੈਗ ਸ਼ੈਗ। ਕੀ ਉਹ ਤੂੰ ਪਾਗਲ ਹੈ? ਮੈਂ ਇਸ ਕਰਕੇ ਥੋੜਾ ਤੇਰਾ ਰਿਸ਼ਤਾ ਕਰਾਇਆ ਸੀ, ਤੂੰ ਕੱਲ ਨੂੰ ਘਰ ਵਾਲੀ ਨਾਲ ਲੜੇ, ਉਹਨੂੰ ਘਰੋਂ ਬਾਹਰ ਕੱਢੇ। ਨਾ ਬਾਈ ਨਾ, ਮੇਰੀ ਗੱਲ ਸੁਣ ਲੈ, ਮੈਂ ਚੱਲੇ ਮੇਰੀ ਘਰ ਵਾਲੀ ਦੇ ਜਨਮ ਦਿਨ ਦੀ ਸੈਲੀਬ੍ਰੇਸ਼ਨ ਕਰਨ, ਮੈਨੂੰ ਫੋਨ ਕਰਨ ਦੀ ਲੋੜ ਨਹੀਂ ਬਾਈ। ਆਓ। ਕੀ ਯਾਰ ਫੋਨ ਕੱਟ ਬਸ। ਹੈਲੋ ਹੈਲੋ ਬਿੱਲੇ ਬਾਈ, ਬਾਈ ਬਹੁਤ ਬੁਖਾਰ ਹੋ ਰਿਹਾ ਯਾਰ, ਘਰੇ ਆ ਜਾ ਬਾਈ। ਉਹ ਬਾਈ ਤੈਨੂੰ ਕਿੰਨੀ ਵਾਰੀ ਕਿਹਾ ਘੱਟ ਝੁਲਸ ਲਿਆ ਕਰੋ, ਦਾਰੂ ਪੀਣ ਲੱਗੇ ਤੁਸੀਂ ਦੇਖਦੇ ਨ਀ ਹੈਗੇ, ਹੁਣ ਤੈਨੂੰ ਬੁਖਾਰ ਹੋ ਰਿਹਾ। ਨਾਲੇ ਤੈਨੂੰ ਕਿਹਾ ਸੀ ਮੈਂ ਤਾਂ ਮੇਰੀ ਘਰ ਵਾਲੀ ਦੀ ਬਰਥਡੇ ਦੀ ਸੈਲੀਬ੍ਰੇਸ਼ਨ ਤੇ ਚੱਲਿਆ। ਮੇਰੀ ਗੱਲ ਸੁਣ, ਮੈਨੂੰ ਫੋਨ ਨਾ ਕਰ ਯਾਰ, ਨਾ ਮੈਂ ਤੂੰ ਆ ਹੋਣਾ, ਫੋਨ ਕੱਟ ਬਾਈ, ਬੁਖਾਰ ਬਹੁਤ ਹੋ ਰਿਹਾ ਬਾਈ। ਚਾਹੇ ਮੈਨੂੰ ਨੀ ਪਤਾ ਯਾਰ, ਮੈਂ ਜਾ ਰਿਹਾ ਬਸ। ਹਾਂ
ਹੈਲੋ ਹੈਲੋ ਰਾਣੋ ਜਲਦੀ ਆ ਜਾ ਯਾਰ, ਕਿੱਥੇ ਆ? ਕੀ ਹੋ ਗਿਆ ਤੁਹਾਨੂੰ? ਮੈਂ ਆਈ ਹੁਣੀ ਆਈ। ਰਾਣੋ ਰਾਣੋ ਕੀ ਹੋਇਆ ਤੁਹਾਨੂੰ? ਠੀਕ ਹੋ ਤੁਸੀਂ? ਰਾਣੋ ਉੱਠੋ ਧਿਆਨ ਨਾਲ। ਰਾਣੋ ਮੇਰੇ ਤੋਂ ਬਹੁਤ ਬੜੀ ਗਲਤੀ ਹੋ ਗਈ ਯਾਰ, ਜੋ ਮੈਂ ਤੈਨੂੰ ਘਰੋਂ ਬਾਹਰ ਕੱਢਿਆ। ਕੋਈ ਨਾ ਜੀ, ਹੁਣ ਮੈਂ ਆ ਗਈ ਹਾਂ, ਤੁਹਾਨੂੰ ਠੀਕ ਕਰ ਦਾਂਗੀ। ਪਤੀ ਪਤਨੀ ਦਾ ਰਿਸ਼ਤਾ ਨਾ ਗੱਡੇ ਦੇ ਪਹੀਏ ਵਾਂਗੂ ਹੁੰਦਾ ਜੀ, ਜੇ ਇੱਕ ਵੀ ਸਾਥ ਛੱਡ ਦੇਣਾ ਤਾਂ ਗੱਡਾ ਅੱਗੇ ਨਹੀਂ ਵੱਧਦਾ ਜੀ। ਹਾਂ ਰਾਣੋ ਤੂੰ ਠੀਕ ਕਹਿ ਰਹੀ ਹੈ, ਹੁਣ ਨਾ ਆਪਾਂ ਦੋਵੇਂ ਖੁਸ਼ ਰਵਾਂਗੇ, ਅਤੇ ਮੈਂ ਨਾ ਇਸ ਤੋਂ ਬਾਅਦ ਕਦੇ ਵੀ ਕੋਈ ਨਸ਼ਾ ਪੱਤਾ ਨਹੀਂ ਕਰੂੰਗਾ। ਇਸ ਨਸ਼ੇ ਕਰਕੇ ਨਾ ਮੈਂ ਆਪਦਾ ਹੱਸਦਾ ਵੱਸਦਾ ਪਰਿਵਾਰ ਜਾਗ ਲਿਆ ਸੀ। ਸਾਡੀ ਵੀਡੀਓ ਕਿਹੋ ਜਿਹੀ ਲੱਗੀ? ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ, ਅਤੇ ਫਿਲਮ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਹਾਂ ਵੀ ਕਰ ਲਿਓ, ਹੈ ਕਰ ਲਿਓ ਭਾਜੀ। ਬਸ ਬਸ।